ਮੰਚ 'ਤੇ ਬਿਰਾਜਮਾਨ ਵੱਖ ਵੱਖ ਸ਼ਖਸੀਅਤਾਂ ਅਤੇ ਜਥੇਬੰਦੀਆਂ ਦੇ ਆਗੂ ਸਾਹਿਬਾਂ, ਕਿਸਾਨ ਭਰਾਵੋ, ਬੱਚਿਓ, ਭੈਣੋ ਅਤੇ ਬੀਬੀਓ, 26 ਤਰੀਕ ਨੂੰ 4 ਮਹੀਨੇ ਹੋ ਰਹੇ ਨੇ ਦਿੱਲੀ ਦੇ ਵਿੱਚ ਮੋਰਚੇ ਲੱਗੇ ਨੂੰ। ਇਹ 4 ਮਹੀਨਿਆਂ ਦੇ ਅੰਦਰ ਆਪਣੇ 300 ਦੇ ਕਰੀਬ ਕਿਸਾਨ ਸ਼ਹੀਦ ਹੋਏ ਨੇ ਉੱਥੇ ਸੁਮੇਰ ਨਵਰੀਤ 'ਤੇ, ਜੋ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਇਆ। 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ, ਅੱਜ 23 ਤਰੀਕ ਦਾ ਸੱਦਾ ਸਾਰੇ ਦੇਸ਼ ਵਿੱਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ ਮਨਾਉਣ ਦਾ। ਦਿੱਲੀ ਨੂੰ 5 ਬਾਰਡਰਾਂ 'ਤੇ ਘੇਰਿਆ ਹੋਇਆ ਕਿਸਾਨਾਂ ਨੇ ਅਤੇ ਲੋਕਾਂ ਨੇ, ਅੱਜ 5 ਬਾਰਡਰਾਂ ਦੇ ਉੱਤੇ ਵੱਡੀ ਗਿਣਤੀ 'ਚ ਨੌਜਵਾਨ ਗਏ ਹੋਏ ਨੇ ਪੰਜਾਬ, ਹਰਿਆਣੇ ਅਤੇ ਨਾਲ ਦੇ ਸੂਬਿਆਂ ਤੋਂ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਅਤੇ ਤੁਹਾਡੇ ਸਾਰਿਆਂ ਤੋਂ ਵਿਸ਼ਵਾਸ ਲੈਣ ਦੀ ਕੋਸ਼ਿਸ਼ ਕਰਦਾ, ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਹੈ 26 ਤਰੀਕ ਨੂੰ ਕਿ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸੰਪੂਰਨ ਭਾਰਤ ਬੰਦ ਕਰਨਾ, ਸਾਰੀਆਂ ਸੜਕਾਂ 'ਤੇ ਰੇਲਾਂ ਜਾਮ ਕਰਨੀਆਂ ਨੇ, ਸਾਰੀਆਂ ਮਾਰਕੀਟਾਂ ਬਾਜ਼ਾਰ ਬੰਦ ਕਰਨੇ ਨੇ। ਇਹ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਨੂੰ ਹੱਥ ਖੜ੍ਹੇ ਕਰਕੇ ਸਹਿਮਤੀ ਦਿਓ ਕਿ ਲਾਗੂ ਕਰੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਉਸ ਤੋਂ ਅੱਗੇ ਭਰਾਵੋ, ਇਸ 4 ਮਹੀਨਿਆਂ ਦੇ ਇਤਿਹਾਸਿਕ ਅੰਦੋਲਨ ਨੇ ਇਸ ਦੇਸ਼ ਦੇ ਵਿੱਚ ਮੋਦੀ ਸਰਕਾਰ ਦੀ ਨੀਂਦ ਹਰਾਮ ਕਰ ਰੱਖੀ ਹੈ। ਮੋਦੀ ਨੇ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ, ਮੋਦੀ ਨੇ ਵੱਖ ਵੱਖ ਸੂਬਿਆਂ ਦੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੋਦੀ ਦੇ ਉਹ ਸਾਰੀਆਂ ਚਾਲਾਂ ਨੇ ਜਿਹੜੀਆਂ ਇਸ ਮੋਰਚੇ ਦੀ ਇਸ ਲੜਾਈ ਦੇ ਅੱਗੇ ਮੁੱਢੇ ਮੂੰਹ ਡਿੱਗ ਪਈਆਂ। ਰਾਜਸਥਾਨ ਦੇ ਵਿੱਚ ਮੀਣਾ ਅਤੇ ਗੁੱਜਰ ਇਕੱਠੇ ਹੋਏ, ਮੁਜ਼ੱਫਰਨਗਰ ਦੇ ਵਿੱਚ ਮੁਸਲਮਾਨ ਅਤੇ ਹਿੰਦੂ ਇਕੱਠੇ ਹੋਏ, ਸਾਰੇ ਦੇਸ਼ ਦੇ ਵਿੱਚ ਕਿਸਾਨਾਂ ਦਾ ਏਕਾ ਜਾਰੀ ਹੈ। ਔਰ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਕੱਲ੍ਹ ਕਰਨਾਟਕ ਤੋਂ 2 ਦਿਨ ਲਈ ਗਿਆ ਸੀ, ਅੱਜ ਆਇਆ। ਉੱਥੇ ਵੀ 2 ਐਡੀਆਂ ਪੰਚਾਇਤਾਂ ਹੋਈਆਂ ਨੇ। ਕੱਲ੍ਹ ਨੂੰ ਫਤਿਹਗੜ੍ਹ ਸਾਹਿਬ ਸਰਹੰਦ ਮੰਡੀ 'ਚ ਪੰਚਾਇਤ ਹੈ, 28 ਤਰੀਕ ਨੂੰ ਕਿ 29 ਤਰੀਕ ਨੂੰ ਅਨੰਦਪੁਰ ਸਾਹਿਬ 'ਚ ਵੱਡੀ ਪੰਚਾਇਤ ਹੈ, ਅੱਜ ਜੈਪੁਰ 'ਚ ਹੋ ਰਹੀ ਹੈ, 16-18 ਤਰੀਕ ਨੂੰ ਟਾਟਾ ਨਗਰ 'ਚ ਹੋਣੀ ਹੈ। ਇਸ ਕਿਸਮ ਦੀਆਂ ਸੈਂਕੜੇ ਇਕੱਠ ਹੋ ਚੁੱਕੇ ਨੇ। ਯਾਨੀ ਸਾਡਾ ਅੰਦੋਲਨ ਜਿੱਥੇ 4 ਮਹੀਨਿਆਂ ਤੋਂ ਦਿੱਲੀ ਦੇ ਵਿੱਚ ਅਸੀਂ ਨਾਕੇ ਲਾ ਕੇ ਬੈਠੇ ਹਾਂ, ਉੱਥੇ ਪੂਰੇ ਦੇਸ਼ ਦੇ ਵਿੱਚ ਫੈਲ ਰਿਹਾ ਨਹੀਂ, ਫੈਲ ਚੁੱਕੇ ਅੰਦੋਲਨ ਇਹ। ਔਰ ਪੂਰੇ ਦੇਸ਼ ਦੇ ਵਿੱਚ ਇਸ ਅੰਦੋਲਨ ਦੇ ਰਾਹੀਂ ਲੱਗੀ ਅੱਗ ਦੇ ਸੇਕ ਵਿੱਚ ਇੱਕ ਦਿਨ ਮੋਦੀ ਸਰਕਾਰ ਦੀ, ਭਾਰਤੀ ਜਨਤਾ ਦੀ ਸਰਕਾਰ ਸੜ ਕੇ ਸਵਾਹ ਹੋ ਜਾਊਗੀ, ਇਹ ਮੈਂ ਇੱਥੋਂ ਤੁਹਾਨੂੰ ਦੱਸਣਾ ਚਾਹੁੰਦਾ। ਤੁਸੀਂ ਦੇਖਿਓ ਕਿ ਕਿਵੇਂ ਪੰਜਾਬ ਦੇ ਵਿੱਚ ਤਾਕਤਾਂ ਦਾ ਤਵਾਜ਼ਨ ਬਦਲਿਆ। ਅੱਜ 23 ਮਾਰਚ ਹੈ, ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸ਼ਹਾਦਤ ਦਿਨ ਹੈ। ਮੈਂ ਇਸ ਸਟੇਜ ਤੋਂ ਸੰਯੁਕਤ ਕਿਸਾਨ ਮੋਰਚਾ ਵੱਲੋਂ 2 ਪੁਆਇੰਟ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਗੱਲ ਖਤਮ ਕਰਨ ਤੋਂ ਪਹਿਲਾਂ ਕੁਛ ਬੁਲਾਰੇ ਇੱਥੇ ਕਹਿੰਦੇ ਨੇ ਕਿ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਇਹ ਭਰਾਵੋ, ਅੱਜ ਇਹ ਗੱਲਾਂ ਕਰਨੀਆਂ ਠੀਕ ਨਹੀਂ ਹੈ। ਅਸੀਂ ਇੱਕ ਪਾਸੇ ਸਿਆਸੀ ਲੋਕਾਂ ਨੂੰ ਮੋਰਚੇ 'ਤੇ ਆਉਣ ਤੋਂ ਰੋਕਦੇ ਹਾਂ, ਕੁਛ ਸਾਨੂੰ ਮਤਾਂ ਦਿੰਦੇ ਨੇ ਆਪਣੀ ਪਾਰਟੀ ਬਣਾਓ, ਉਹ ਗਲਤ ਗੱਲ ਹੈ ਇਸ ਮੰਚ ਤੋਂ ਬੋਲਣਾ। ਦੂਜੀ ਗੱਲ, ਮੈਂ ਇਸ ਸ਼ਹੀਦੀ ਦਿਨ 'ਤੇ ਤੁਹਾਨੂੰ ਯਕੀਨ ਦਿਵਾਉਣਾ ਕਿ ਮੋਦੀ ਸਰਕਾਰ